ਕਿਦਾਂ ਦੋਸਤੋ, ਕੀ ਹਾਲ ਚਾਲ? ਮੇਰਾ ਨਾਮ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਸਾਰਿਆਂ ਦਾ ਥੈਂਕ ਯੂ ਯਾਰ, ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ, ਵਧੀਆ ਵਧੀਆ ਵੀਡੀਓ ਕਮੈਂਟ ਕਰ ਰਹੇ ਹੋ। ਇੰਨਾ ਪਿਆਰ ਤੇ ਇੰਨਾ ਸਪੋਰਟ ਲਈ ਥੈਂਕਸ। ਇੰਜੀ ਸਪੋਰਟ ਦਿੰਦੇ ਰਹੋ, ਪਿਆਰ ਕਰਦੇ ਰਹੋ, ਬਹੁਤ ਵਧੀਆ ਲੱਗਦਾ ਯਾਰ। ਸੋ ਪਲੀਜ਼ ਯਾਰ, ਇੰਜੀ ਸਪੋਰਟ ਬਣਾਈ ਰੱਖਿਓ ਅਤੇ ਚੈਨਲ ਯਾਰ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓਜ਼ ਨੂੰ, ਤਾਂ ਕਿ ਜ਼ਿਆਦਾ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਸੋ ਪਲੀਜ਼ ਯਾਰ ਸਬਸਕ੍ਰਾਈਬ ਕਰੋ। ਅੱਜ ਦੀ ਜਿਹੜੀ ਵੀਡੀਓ ਹੈ ਜੀ, ISPR ਦੀ ਓਫੀਸ਼ੀਅਲ ਵੀਡੀਓ ਹੈ, ਇਮੋਸ਼ਨਲ ਸੌਂਗ ਹੈ ਸ਼ਹੀਦਾਂ ਲਈ। ਸੋ ਜਿਹੜੇ ਆਪਣੇ ਵਤਨ ਲਈ ਸ਼ਹੀਦ ਹੁੰਦੇ ਆ, ਜਿਹੜੇ ਮਰਜ਼ੀ ਵਤਨ ਦੇ ਹੋਣ, ਜਿਹੜੇ ਆਪਣੇ ਦੇਸ਼ ਲਈ ਮਰਨ ਸ਼ਹੀਦ ਹੁੰਦੇ ਆ, ਸੋ ਤੇਰੇ ਬਿਨਾਂ ਵੀਡੀਓ ਦਾ ਟਾਈਟਲ ਹੈ, ਸੌਂਗ ਦਾ ਨਾਂ ਹੈ। ਸੋ ਚਲੋ ਵੀਡੀਓ ਵੇਖਦੇ ਹਾਂ ਅਤੇ ਰਿਐਕਸ਼ਨ ਦਿੰਦੇ ਹਾਂ ਬਾਅਦ 'ਚ। ਲੈਟਸ ਸਟਾਰਟ। ਬਤਾਏ
ਕਾਫੀ ਇਮੋਸ਼ਨਲ ਵੀਡੀਓ ਸੀ ਤੇ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਹੈ, ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ। ਸੋ ਪ੍ਰੋਪਰ ਸਟੋਰੀ ਦੱਸੀ ਉਹਨਾਂ ਨੇ ਕਿ ਛੋਟੀ ਜਿਹੀ ਫੈਮਿਲੀ ਸੀ, ਸੋ ਇੱਕ ਹਾਦਸਾ ਹੋ ਜਾਂਦਾ, ਸੋ ਸ਼ਹੀਦ ਹੋ ਜਾਂਦੇ ਆ ਤੇ ਕਿੱਦਾਂ ਦੀ ਪ੍ਰੋਬਲਮਸ ਆਉਂਦੀਆਂ, ਫਾਦਰਸ ਡੇ ਤੇ ਫਾਦਰ ਨਹੀਂ ਰਹਿੰਦੇ, ਸੋ ਅੱਗੇ ਬੱਚੀ ਵੱਡੀ ਹੋ ਜਾਂਦੀ ਹੈ, ਬੱਚੀ ਦਾ ਵੀ ਵਿਆਹ ਹੋ ਜਾਂਦਾ ਤੇ ਅੱਗੇ ਮਤਲਬ ਕਿ ਐਂਡ ਤੱਕ ਹਮੇਸ਼ਾ ਕਮੀ ਰਹਿੰਦੀ ਹੈ। ਸੋ ਦੁਨੀਆਂ ਲਈ ਤੇ ਇੱਕ ਦਿਨ ਜਾਂ ਦੋ ਦਿਨ ਹੀ ਰਹਿੰਦੀ, ਪਰ ਉਹ ਉਸ ਚੀਜ਼ ਲਈ ਫੈਮਿਲੀ ਨੂੰ ਕਾਫੀ ਡਿਫਿਕਲਟੀਸ ਫੇਸ ਕਰਨੀਆਂ ਪੈਂਦੀਆਂ। ਕਾਫੀ ਇਮੋਸ਼ਨਲ ਸੀ ਯਾਰ, ਵੀਡੀਓ ਵੀ ਬਹੁਤ ਵਧੀਆ ਸੀ। ਸੋ ਇਹ ਜਜ਼ਬਾ ਆਪਣੇ ਦੇਸ਼ ਲਈ, ਕੋਈ ਕੋਈ ਕਿਸੇ ਕਿਸੇ ਕੋਲ ਹੁੰਦਾ ਯਾਰ ਇੰਨਾ ਜਜ਼ਬਾ। ਸੋ ਫੈਮਿਲੀ ਲਈ ਕਾਫੀ ਪ੍ਰੋਬਲਮ ਹੋ ਜਾਂਦੀ ਹੈ, ਬਹੁਤ ਮੁਸ਼ਕਿਲ ਦਾ ਵਕਤ ਹੁੰਦਾ। ਸੋ ਕਾਫੀ ਇਮੋਸ਼ਨਲ ਵੀਡੀਓ ਸੀ ਯਾਰ, ਤੇ ਵੀਡੀਓ ਜੀ ਜਿਹੜਾ ਉਹਨਾਂ ਨੇ ਸਟੋਰੀ ਦੱਸੀ ਉਹ ਵੀ ਕਾਫੀ ਮਤਲਬ ਸਹੀ ਉਹਨਾਂ ਨੇ ਸ਼ੂਟ ਕੀਤੀ ਹੋਈ ਹੈ, ਪੂਰੀ ਹਾਰਟ ਟਚਿੰਗ ਵੀਡੀਓ ਸੀ। ਮੈਂ ਤਾਂ ਕਹਿੰਦਾ ਹੁੰਦਾ ਯਾਰ ਕਿ ਜੰਗਾਂ ਹੋਣੀਆਂ ਨਹੀਂ ਚਾਹੀਦੀਆਂ। ਜਦੋਂ ਪੋਲੀਟੀਸ਼ੀਅਨ ਬਾਰਡਰ ਤੇ ਖੜਨ ਲੱਗ ਪਏ ਕਦੀ ਜੰਗ ਨਹੀਂ ਹੋਏਗੀ। ਸੋ ਉਮੀਦ ਹੈ ਤੁਹਾਨੂੰ ਵੀਡੀਓ ਦਾ ਰਿਐਕਸ਼ਨ ਵਧੀਆ ਲੱਗਿਆ ਹੋਊਗਾ। ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਓ, ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਬਾਏ ਬਾਏ।